ਦੇਖੋ ਮੈਂ ਸ਼ੁਰੂਆਤ ਕੀਤੀ ਸੀ ਕਿ ਬੰਦਾ ਜਦੋਂ ਬੰਦੇ ਦੇ ਅੰਦਰੋਂ ਉਹ ਖਤਮ ਹੋ ਜਾਏ ਉਹ ਤਾਕਤ ਖਤਮ ਹੋ ਜਾਏ ਜਿਹਨੂੰ ਆਪਾਂ ਰੂਹ ਕਹਿੰਨੇ ਆ ਆਤਮਾ ਕਹਿੰਨੇ ਆ ਖਤਮ ਹੋ ਜਾਏ ਉਹ ਹਾਰਟ ਰੁਕ ਜਾਏ ਬ੍ਰੇਨ ਕੰਮ ਕਰਨਾ ਬੰਦ ਕਰ ਦੇ ਤਾਂ ਫਿਰ ਇਨਸਾਨ ਨੂੰ ਆਪਾਂ ਡੈੱਡ ਆਖ ਦਿੰਨੇ ਆ ਵੀ ਦੀ ਮੌਤ ਹੋ ਗਈ ਹੈ ਹੈਰਾਨੀ ਦੀ ਗੱਲ ਬੰਦਾ ਉਹੀ ਹੁੰਦਾ ਦੇਖ ਲਓ ਜਦੋਂ ਉਹ ਤਾਕਤ ਖਤਮ ਹੋ ਜਾਂਦੀ ਹੈ ਇਨਸਾਨ ਡੈੱਡ ਹੋ ਜਾਂਦਾ ਫਿਰ ਲੰਮਕ ਜਾਂਦਾ ਇਨਸਾਨ ਕੋ ਜੋ ਨਹੀਂ ਹੁੰਦਾ ਪਿਛਲੇ ਦਿਨੀ ਜਿਸ ਨੌਜਵਾਨ ਦੀ ਮੌਤ ਨੇ ਸਾਰੇ ਪੰਜਾਬ ਨੂੰ ਤੇ ਸਾਰੀ ਦੁਨੀਆ ਵਿੱਚ ਵਸਦੇ ਹੋਏ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਪਲਾਂ ਦੇ ਵਿੱਚ ਉਹ ਨੌਜਵਾਨ ਖਤਮ ਹੋ ਗਿਆ ਪਲਾਂ ਦੇ ਵਿੱਚ ਵੈਸੇ ਵੀ ਪੰਜਾਬ ਦੀ ਧਰਤੀ ਉੱਤੇ ਹਾੜੀ ਆਇਆ ਪਿਆ ਦੇਖ ਲਓ ਅਸੀਂ ਕਿਸੇ ਦੀ ਜ਼ਿੰਦਗੀ ਨੂੰ ਖਤਮ ਕਰਨ ਲੱਗਿਆਂ ਇੱਕ ਮਿੰਟ ਨਹੀਂ ਲਾਉਂਦੇ ਆ ਅਸੀਂ ਇਹ ਨਹੀਂ ਸੋਚਦੇ ਕਿ ਲਾਈਫ ਕਿੰਨੀ ਬੇਸ਼ਕੀਮਤੀ ਹੈ ਕਿੰਨੀ ਬੇਸ਼ਕੀਮਤੀ ਇੱਕ ਵਾਰ ਮਿਲਦੀ ਹੈ ਦੂਸਰੀ ਵਾਰ ਨਹੀਂ ਮਿਲਦੀ ਪਰ ਅਸੀਂ ਕਿਸੇ ਦੀ ਜ਼ਿੰਦਗੀ ਨੂੰ ਖੋਣ ਲੱਗਿਆਂ ਇੱਕ ਮਿੰਟ ਵੀ ਨਹੀਂ ਲਾਉਂਦੇ ਅਸੀਂ ਰੋਂਦੇ ਹੋਏ ਛੱਡ ਦਿੰਨੇ ਆ ਪਿੱਛੇ ਉਹਨਾਂ ਦੇ ਮਾਪੇ ਪਿੱਛੇ ਉਹਨਾਂ ਨੂੰ ਉਹਨਾਂ ਨੂੰ ਜਿਹੜੇ ਉਹਨਾਂ ਦੀ ਉਹਨਾਂ ਦੀ ਮਾਂ ਉਹਨਾਂ ਦੇ ਪਿਤਾ ਉਹਨਾਂ ਦੇ ਭੈਣ ਭਰਾ ਰੋਂਦੇ ਛੱਡ ਦਿੰਨੇ ਆ ਆਪਾਂ ਆਪਾਂ ਗੱਨ ਚਲਾਉਣ ਲੱਗਿਆਂ ਆਪਾਂ ਕਤਲ ਕਰਨ ਲੱਗਿਆਂ ਇੱਕ ਮਿੰਟ ਵੀ ਨਹੀਂ ਲਾਉਂਦੇ ਅਸੀਂ ਆਪ ਹੀ ਅੱਜ ਰੱਬ ਬਣ ਬਣ ਚੁੱਕੇ ਹਾਂ ਆਪ ਹੀ ਰੱਬ ਬਣ ਗਏ ਅਸੀਂ ਕਿਸੇ ਦੀ ਲਾਈਫ ਨੂੰ ਕਦੇ ਵੀ ਬਰਬਾਦ ਨਾ ਕਰੋ ਕਦੇ ਕਿਸੇ ਦੀ ਜ਼ਿੰਦਗੀ ਨਾ ਖੋਹੋ ਜ਼ਿੰਦਗੀ ਬੜੀ ਕੀਮਤੀ ਹੈ ਜਦੋਂ ਤੁਸੀਂ ਕਿਸੇ ਦੀ ਲਾਈਫ ਨੂੰ ਖਤਮ ਕਰਦੇ ਹੋ ਉਹ ਇੱਕ ਦੇ ਨਾਲ ਨਾਲ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਤੁਸੀਂ ਬਰਬਾਦ ਕਰ ਦਿੰਨੇ ਹੋ ਗੁਰਦੇਵ ਨੇ ਕਿਹਾ ਹਾਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪੰਮਣ ਵਜਾਇਆ ਪਰਮਾਤਮਾ ਨੇ ਇਸ ਸਰੀਰ ਦੇ ਅੰਦਰ ਜੀਵ ਭਾਵ ਜਿੰਦ ਰੱਖੀ ਹੈ ਔਰ ਇਸ ਗੁਫਾ ਦੇ ਅੰਦਰ ਉਸ ਜ਼ਿੰਦਗੀ ਨੂੰ ਰੱਖ ਕੇ ਵਾਜਾ ਪਉਣ ਵਜਾਇਆ ਸਵਾਸਾਂ ਦਾ ਵਾਜਾ ਵਜਾ ਦਿੱਤਾ ਹੈ ਇਹ ਪਿਆਰਿਓ ਜਿੰਦੀ ਹੈ ਜਿਹਦੇ ਅੰਦਰ ਹੋਣ ਕਰਕੇ ਸਵਾਸ ਚੱਲਦੇ ਰਹਿੰਦੇ ਆ ਇਹ ਤਾਂ ਬੰਦਾ ਲੰਮਕੇ ਜਾਂਦਾ ਖਤਮ ਹੋ ਜਾਂਦਾ ਇਨਸਾਨ ਵਜਾਇਆ ਵਾਜਾ ਪਉਣ ਉਹ ਸਵਾਸਾਂ ਦਾ ਜਿਹੜਾ ਵਾਜਾ ਪਉਣ ਹਵਾ ਸਵਾਸ ਉਹ ਜਿਹੜਾ ਸੁਆਸਾਂ ਦਾ ਵਾਜਾ ਵੱਜਦਾ ਹੈ ਬੰਦੇ ਅੰਦਰ ਨੌ ਦਰਵਾਜ਼ੇ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਉਹਦੇ ਨਾਲ ਹੀ ਆ ਸਰੀਦੇ ਸਾਰੇ ਨੌ ਤੋਂ ਲੈ ਕੇ ਦਸਵੇਂ 10 ਦੁਆਰ ਤੱਕ ਭਾਵ ਕੀ ਹੈ ਕਿ ਆ ਦਸੇ ਜਿਹੜੇ ਸਾਡੇ ਸਰੀਦੇ ਅੰਗ ਹੈ ਕੰਮ ਕਰਦੇ ਰਹਿੰਦੇ ਤੇ ਗੁਰਦੇਵ ਜੀ ਨੇ ਆਖਿਆ ਸ਼ਰੀਰ ਨੂੰ ਬੋਲਣ ਦੀ ਸ਼ਕਤੀ ਵੀ ਪਰਮਾਤਮਾ ਨੇ ਦਿੱਤੀ ਹੈ ਸ਼ਰੀਰ ਦੇ ਅੰਦਰ ਸਵਾਸ ਲੈਣ ਦੀ ਸ਼ਕਤੀ ਵੀ ਰੱਬ ਨੇ ਦਿੱਤੀ ਹੈ ਉਹਦੇ ਨਾਲ ਹੀ ਇਹ ਕੰਨ ਇਹ ਨੱਕ ਇਹ ਨੌ ਕਰਮ ਇੰਦਰੀਆਂ ਜਿੰਨੀਆਂ ਵੀ ਨੇ ਇਹ ਸਾਰੀਆਂ ਕੰਮ ਕਰਦੀਆਂ ਰਹਿੰਦੀਆਂ ਨੇ ਸਾਬਦੇ ਫਿਰ ਕੀ ਕਿਹਾ ਜੀ ਕਿ ਪਰਮਾਤਮਾ ਨੇ ਜਦੋਂ ਤੇਰੇ ਅੰਦਰ ਵਾਜਾ ਵਜਾਇਆ ਨਾ ਫਿਰ ਤੂੰ ਕਦੀ ਨੋਟ ਕੀਤਾ ਨੌ ਦੁਆਰੇ ਪ੍ਰਗਟ ਕੀ ਹੈ ਪ੍ਰਗਟ ਭਾਵ ਕੇ ਸਾਹਮਣੇ ਦਿਖਾ ਦਿੱਤੇ ਨੌ ਨੌ ਦੁਆਰੇ ਸਾਹਮਣੇ ਦਿਖਾਤੇ ਆ ਜਿੰਨਾ ਜੜੀ ਗਿਆਨ ਇੰਦਰੀਆਂ ਦੀ ਗੱਲ ਮੈਂ ਪਹਿਲਾਂ ਕੀਤੀ ਦਸਵਾ ਗੁਪਤ ਰਖਾਇਆ ਦਸਵਾ ਆ ਜਿਹੜਾ ਬ੍ਰੇਨ ਦਿਮਾਗ ਹੈ ਇਹਨੂੰ ਪਰਮਾਤਮਾ ਨੇ ਗੁਪਤ ਰੱਖ ਦਿੱਤਾ ਕਿਉਂਕਿ ਸਿਕਿਉਰ ਹੈ ਇਹਦੇ ਤੇ ਪੱਗ ਬਣਦੇ ਨਾ ਆਪਾਂ ਇਤਿਵਾਲ ਹੁੰਦੇ ਆ ਇਹਨੂੰ ਸਾਹਮਣੇ ਰੱਖਦੇ ਕਿਉਂਕਿ ਇਹਦੀ ਸਾਨੂੰ ਬਹੁਤ ਲੋੜ ਹੈ ਇਹਦੇ ਨਾਲ ਸਾਡੀ ਬਾਡੀ ਚੱਲਦੀ ਇਹਦੇ ਨਾਲ ਆਪਾਂ ਸਮਝਦੇ ਆਂ ਚੱਲਦੀ ਆ ਦੁਨੀਆ ਦੇ ਵਿੱਚ